ਏਕੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਅੰਦਰੋਂ ਝੂਠੇ ਬੈਜ ਬਾਰ ਦੁਨੀਆਂ ਅੰਦਰ ਫੈਲੋ ਅੜਸੜ ਤੀਰਥ ਜੇ ਨਾਵੇਂ ਉਤਰੈ ਨਾਹੀ ਮੈਲੋ ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ ਤਿੰਨਿਹੋਂ ਲੱਗਾ ਰੱਬ ਸੇਤੀ ਦੇਖਣੇ ਵਿਚਾਰ। ਸਤਿਗੁਰੂ ਜੀ ਦੀ ਸਾਜੀ ਨਵਾਜੀ, ਗੁਰੂ ਪਿਆਰੀ, ਦਰਸ਼ਕ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀਆਂ ਅਪਾਰ ਬਖਸ਼ਾਂ ਅਤੇ ਆਪ ਸਾਰਿਆਂ ਦੇ ਨਿੱਘੇ ਹੁੰਗਾਰੇ ਨਾਲ ਗੁਰਮਤਿ ਵਿਚਾਰਾਂ ਦੀ ਲੜੀ ਚੱਲ ਰਹੀ ਹੈ। ਇਸ ਤੋਂ ਪਹਿਲਾਂ ਅਸੀਂ ਰਹਿਤ ਬਾਰੇ ਵਿਚਾਰ ਕੀਤੀ ਸੀ। ਰਹਿਤ ਅੰਦਰਲੀ ਵੀ ਹੋਵੇ ਅਤੇ ਬਾਹਰਲੀ ਵੀ ਹੋਵੇ। ਧਰਮ ਨੇ ਹੋਰ ਵਿਚਾਰਾਂ ਦਿੱਤੀਆਂ ਜਿਨ੍ਹਾਂ ਦਾ ਗੁਰਬਾਣੀ ਵਿੱਚ ਵੀ ਵਰਣਨ ਆਇਆ ਹੈ। ਧਰਮ ਵਿੱਚ ਕੁਝ ਕਰਮਾਂ ਨੂੰ ਸੁੱਚਾ ਮੰਨਿਆ ਜਾਂਦਾ, ਕੁਝ ਨੂੰ ਝੂਠਾ ਮੰਨਿਆ ਜਾਂਦਾ। ਸੁੱਚ ਅਤੇ ਝੂਠ ਦੀ ਵਿਚਾਰ ਇਹ ਧਰਮ ਗ੍ਰੰਥਾਂ ਵਿੱਚ ਆਈ ਹੈ ਔਰ ਸਤਿਗੁਰਾਂ ਨੇ ਵੀ ਨਾਮ ਦੀ ਗਿਆਨ ਦੀ ਰੋਸ਼ਨੀ ਵਿੱਚ ਇਸਦੀ ਪਰਖ ਕੀਤੀ ਹੈ। ਪਿਓਰਿਟੀ ਐਂਡ ਇਮਪਿਓਰਿਟੀ, ਅੱਜ ਦਾ ਵਿਸ਼ਾ ਇਸੇ ਬਾਰੇ ਵਿਚਾਰ ਕਰਨਾ ਹੈ ਕਿ ਸੁੱਚ ਕੀ ਹੈ ਅਤੇ ਝੂਠ ਕੀ ਹੈ, ਸੁੱਚ ਅਤੇ ਝੂਠ ਦਾ ਮੂਲ ਕੀ ਹੈ। ਪਾਤਸ਼ਾਹ ਨੇ ਬਾਣੀ ਵਿੱਚ ਇਹਦੇ ਸਹੀ ਪੱਖ ਔਰ ਇਹਦੇ ਅਖੌਤੀ ਪੱਖ ਨੂੰ ਸਾਡੇ ਸਾਹਮਣੇ ਰੱਖਿਆ ਔਰ ਗੁਰਸਿੱਖ ਨੂੰ ਗਿਆਨ ਦੀ ਰੋਸ਼ਨੀ ਵਿੱਚ, ਨਾਮ ਦੀ ਰੋਸ਼ਨੀ ਵਿੱਚ ਇਸ ਨੂੰ ਪਰਖਣ ਦਾ ਤਰੀਕਾ ਦੱਸਿਆ ਹੈ। ਤੋ ਜਿੱਥੇ ਤੱਕ ਝੂਠ ਦਾ ਸਵਾਲ ਹੈ, ਇੰਪੋਰਟੀ ਦਾ ਸਵਾਲ ਹੈ, ਸਤਿਗੁਰੂ ਅਸਲ ਦੀ ਵਾਰ ਸਪੱਸ਼ਟ ਕਰਦੇ ਹਨ ਕਿ ਬਾਹਰੋਂ ਕੋਈ ਬੰਦਾ ਕਿਤਨਾ ਵੀ ਸਾਫ਼ ਸੁਥਰਾ ਪਿਆ ਹੋਵੇ, ਉਹਨੇ ਬੜੇ ਵਧੀਆ ਕੱਪੜੇ ਵੀ ਪਾਏ ਹੋਣ, ਔਰ ਤੀਰਥਾਂ ਦਾ ਇਸ਼ਨਾਨ ਵੀ ਕਰਕੇ ਪਿਆ ਆਵੇ, ਪਰ ਉਹਦਾ ਮਨ ਮੈਲਾ ਹੈ ਤਾਂ ਉਹ ਇਨਸਾਨ ਸੁੱਚਾ ਨਹੀਂ ਹੋ ਸਕਦਾ, ਉਹਦੇ ਕੋਲ ਸੁੱਚ ਨਹੀਂ ਹੈ। ਪਰ ਦੂਜੇ ਪਾਸੇ ਜਿਸ ਦੇ ਹਿਰਦੇ ਵਿੱਚ ਸੱਚ ਹੈ, ਜਿਹੜਾ ਦਿਲੋਂ ਨੇਕ ਹੈ, ਉਹ ਭਾਵੇਂ ਬਾਹਰੋਂ ਚੰਗੇ ਕੱਪੜੇ ਨਹੀਂ ਪਾ ਸਕਦਾ, ਉਹਦੇ ਸਰੀਰ ਵੀ ਸਾਫ਼ ਸੁਥਰਾ ਨਹੀਂ ਹੋ ਸਕਦਾ, ਉਹਨੇ ਗੋਦੜੀਆਂ ਪਾਈਆਂ ਹੋਣ, ਫੱਟੇ ਪੁਰਾਣੇ ਕੱਪੜੇ ਪਾਏ ਹੋਣ, ਪਰ ਜੇ ਅੰਦਰੋਂ ਉਹਦਾ ਹਿਰਦਾ ਸਾਫ਼ ਹੈ ਤਾਂ ਉਹ ਸੁੱਚਾ ਇਨਸਾਨ ਹੈ। ਤੋ ਇਸ ਕਸੌਟੀ ਉੱਤੇ ਪਰਖ ਕੇ ਸਤਿਗੁਰਾਂ ਨੇ ਵਾਰ ਵਾਰ ਉਪਦੇਸ਼ ਕੀਤੇ ਹਨ। ਸ੍ਰੀ ਰਾਗ ਵਿੱਚ ਸਾਹਿਬ ਸ੍ਰੀ ਨਾਨਕ ਦੇਵ ਪਾਤਸ਼ਾਹ ਦਾ ਸ਼ਬਦ ਆਇਆ ਹੈ, ਮਨ ਝੂਠੇ ਤਨ ਝੂਠ ਹੈ, ਜੇਵਾ ਝੂਠੀ ਹੋਏ ਮੁਖ ਝੂਠ ਹੈ, ਝੂਠ ਬੋਲਣਾ ਕਿਉਂ ਕਰ ਸੁੱਚਾ ਹੋਏ, ਬਿਨ ਅਬ ਸ਼ਬਦ ਨਾ ਮਾਂਜੀਐ, ਸਾਚੇ ਤੇ ਸੱਚ ਹੋਏ। ਵੀ ਜਦੋਂ ਤੱਕ ਹਿਰਦੇ ਵਿੱਚ ਸ਼ਬਦ ਦੀ ਵਿਚਾਰ ਨਹੀਂ, ਸਾਡਾ ਮਨ ਜੋ ਪੰਜ ਵੱਡੇ ਵਿਰੋਧੀ ਹਨ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਦੇ ਟੇਟੇ ਚੜ੍ਹਿਆ ਹੋਇਆ, ਹਰ ਵੇਲੇ ਇਹਨਾਂ ਦੇ ਇਸ਼ਾਰੇ 'ਤੇ ਨੱਚਦਾ ਰਹਿੰਦਾ, ਔਰ ਇਹ ਉਸ ਨੂੰ ਜ਼ਲੀਲ ਕਰਨ ਦੀ ਔਰ ਝੂਠਾ ਕਰਨ ਦੀ ਕੋਸ਼ਿਸ਼ ਲੱਗੇ ਹੋਏ ਹਨ। ਤੋ ਪਹਿਲਾਂ ਜੋ ਯਤਨ ਹੈ ਗੁਰਸਿੱਖ ਦਾ, ਬਿਨ ਅਬ ਸ਼ਬਦ ਨਾ ਮਾਂਜੀਐ, ਸਾਡਾ ਹਿਰਦਾ ਸ਼ਬਦ ਤੋਂ ਬਿਨਾਂ ਮਾਂਜਿਆ ਨਹੀਂ ਜਾ ਸਕਦਾ। ਜਦੋਂ ਹਿਰਦੇ ਨੂੰ ਸੱਚੇ ਦੇ ਨਾਲ ਜੋੜਾਂਗੇ, ਸ਼ਬਦ ਨਾਲ ਜੁੜਨ ਦਾ ਮਤਲਬ ਸੱਚੇ ਪਰਮੇਸ਼ੁਰ ਨਾਲ ਜੁੜਨਾ, ਤਾਂ ਹੀ ਉਹ ਸੱਚ ਦੀ ਪ੍ਰਾਪਤੀ ਹੋਈ ਹੈ। ਬਾਕੀ ਇਹ ਜੇ ਯਤਨ ਨਹੀਂ ਹੈ ਤਾਂ ਫਿਰ ਸਰੀਰ ਵੀ ਝੂਠਾ ਹੈ, ਮਨ ਵੀ ਝੂਠਾ ਹੈ, ਜ਼ਬਾਨ ਵੀ ਝੂਠੀ ਹੈ, ਜੋ ਕੁਝ ਬੋਲਦਿਆਂ ਵੀ ਝੂਠਾ ਹੈ। ਸੋ ਇਹ ਸੱਚ ਦਾ ਆਧਾਰ ਹਿਰਦਾ ਹੈ ਔਰ ਹਿਰਦੇ ਵਿੱਚ ਵਾਹਿਗੁਰੂ ਦੇ ਨਾਮ ਦੀ ਵਿਚਾਰ ਹੈ। ਸ੍ਰੀ ਰਾਗ ਵਿੱਚ ਫਿਰ ਪਾਤਸ਼ਾਹ ਕਹਿੰਦੇ ਹਨ,
तन सूचा सो आखिया जिसमें साचा नाओ पै सच राती द्योरी जेवा सच सुआओ। वो उस शरीर नू सुचा कहना चाहिए जिदे हिरदे सच्चा वाहगुरु का नाम है और वह वाहगुरु के हुक्म पै विच चल रहा है, शरीर पै विच चल रहा है और जबान उत्ते फिर सच है। सो इस तरह नाल सच ते झूठ दी विचार हिरदे दी है, हिरदे तो ही शुरू हुंदी है और इस तरह नाल जिहड़ियां संसार विच सुच ते झूठ दियां प्रचलित विचारां सन उन्हां बारे भी बाणी विच थाउं थाई जिक्र आया है। सतगुरु उन्हां दी व्याख्या कर रहे हन, झूठ न रागी झूठ न वेदी झूठ न चंद सूरज की भेदी झूठ न अन्नी झूठ न नाई झूठ न मीं वरिया सब थाई। हुण जिहड़े धर्म ग्रंथ हन जो राग हन संगीत हन सूरज और चंद्रमा हन ये जो कुदरत दियां शक्तियां हन और ज्ञान दे स्रोमे हन इन्हां नूं भी लोकां ने सुच्चे ते झूठे बना दिता अपने अपने ख्यालां नाल। कई ऐसे मत होए जिहड़े वेदां नूं भी झूठा कहिंदे हैं, साम वेद दी धुनी नूं अमंगल करके मनिया जांदा। कई ऐसे हिंदुस्तान विच ही मत पैदा होए, शाकत मत हैगा चारवाक हैगा जिहड़ा कि वेदां दी सिक्ख्या नूं एवें ही गपोड़ कहिंदा और वेदां दे ऋषियां मुनियां नूं भांड कहिंदा, झूठे लोग कहिंदा। इस तरह हिंदू धर्म इस्लाम धर्म दे विच काफ़ी वैर विरोध रहा ते मुसलमान राग नूं बुरा कहिंदे से। गुरु नानक साहब जी की साखी आउंदी है कि जदों वह गए बगदाद विच उन्होंने राग लापिया तो लोग उन्होंने मारन वास्ते दौड़े। जैन भी वेद जैन मत विच वेदां नूं निंदिया गया और वेदां दे पाठ जदों हुंदे सी ते जैनी अपने कन्नां ते हत्थ रख लैंदे सी वी असीं इह वेदां दा पाठ ना सुणीए। इस तरह साडे देश विच पुराणियां समें विच हिंदू लोग बांग सुन के अपने कन्नां विच बुझे दे लैंदे सी, कन्न बंद कर लैंदे सीगे। समृतियां विच अन्न नूं भी अपवित्र मन्निया गया, कई अन्न पवित्र कई पवित्र ऐसे विचार समृतियां विच आए हन। कई नाम भी शुभ ते अशुभ मन्ने गए। जैन जैनी लोग बरखा रुत्त नूं अपवित्र रुत्त मनदे सीगे क्योंकि इहदे विच जीवां दी ज़्यादा उत्पत्ति हुंदी है और जीव जिहड़े हन उन्हां तों सारी झूठ शुरू हुंदी, उन्हां दा इह विचार है। तो इस तरह एक होर विचार बाणी च आया सूतक। सूतक की है? वर्णा दे अनुसार वर्णा दे भेद नाल जन्म मरण करके जो पवित्रता अपवित्रता पैदा हुंदी है शास्त्रां करके उन्हूं सूतक मन्निया गया। शास्त्रां अनुसार जीवां दे जन्म करके अशुद्धि होनी यह सूतक है और इसनूं बड़ा अशुभ मन्निया गया है। सतगुरां ने बाणी विच सूतक दी भी व्याख्या कीती, दी पड़चोल कीती। आसा दी वार विच भी पातशाह इस सूतक शब्द की व्याख्या करते हैं भी जिहड़ा तुसीं आम मनदे हो भी किसी घर विच कोई बच्चा जन्म लै लैंदा उत्थे सूतक हो जाता, अपवित्रता हो जाती है और कई परिवारों विच कई समाजों विच प्रचलन है भी उत्थे फलाने इतने समय तक नहीं जाना। तो यह भी भुलेखा भरम है, गुरु पातशाह ने दूर करने की कोशिश की है। आसा राग विच पातशाह आसा वार विच पातशाह गुरु नानक देव फरमाउंदे हन, जेकर सूतक मन्नीऐ सब तै सूतक होए गोहे अते लकड़ी अंदर कीड़ा होए। वे जे सूतक तुसीं जन्म तो मरदे हो तो फिर किधरे भी ऐसी थान नहीं जिथे सूतक ना होवे या पवित्रता ना होवे। साढ़े आम पिंडां देहातां थावां विच हुण भी लकड़ियां ते गोहे बाले जांदे आ ते ओह लकड़ियां विच भी और गोहियां विच भी कई बारी पाथियां विच भी कीड़े हुंदे आ जिहड़े उत्थे जन्म लैंदे आ, उन्हां दे अंडे हुंदे आ, उत्थे भी जन्म तो होया उस चीज़ नूं रसोई च लै आए। जे ते दाणे अन के जीआं बाज ना पोए, भी होर तां होर जे तुसीं जीवां दे जन्म मरण नूं सुचम या झूठ नाल जोड़ लिया तो जितना भी तुसीं भोजन खाते हो और जिहड़ा भी फूड है जिहड़े ग्रेनस हन उन्हां विच शक्ति है, जीवन शक्ति है। ग्रेन नूं असीं बीज दिंदे हां, जमीनी दब दिंदे हां, नवां उत्थे पौधा पैदा हो जांदा है। क्यों? उहदे जीवन शक्ति है, उन्हां विच भी अन्न है, अन्न दे विच भी जान है। तो
सब तो पहला तो पानी है जिदे विच जीवन है, पहला पानी जियो है जित हरिया सब को, भी पानी पीना ही छड़ दे दा मतलब। तो इस तरह के सूतक के विचार बाणी ने खंडन किए। महाराज निर्णय करते हैं क्यों सूतक क्यों कर रखी है, सूतक पवै रसोय, नानक सूतक एव ना उतरै ज्ञान उतारै तोय। इदां तां फिर तुहाडी रसोई कदे भी झूठ तो अपवित्रता तो हो ही नहीं सकती, उपर अपवित्र ही रहेगी, क्योंकि उत्थे जो कुछ भी बनता फूड बनती है जो बालन बालते हैं वह सारा झूठा। तो महाराज ने जो सच और झूठ की विचार की है वह बड़ी नाम के ज्ञान के चानण की है। महाराज कहते हैं असली झूठ की है और असली सुच की है, पातशाह फरमाते हैं इसे पौड़ी दे अगे जा के इसे श्लोक विच, मन का सूतक लोभ है जेबा सूतक कूड़, अखी सूतक वेखना परत्रया परतन रूप। भी औगण जड़े हैं विकार जड़े हैं वह असल सूतक है, असली झूठ है। मन दे विच लोभ है तो मन झूठा हो गया, जे जबान विच झूठ है तो जबान झूठी हो गई, झूठी हो गई। अखां विच असी विकारी दृष्टि है, किसी दूसरे का रूप वेख के साडे मन विकार होए अखां भी सूतक आ गया। कन्नी सूतक कन पै लाए तबारी खाए, नानक हंसा आदमी बदे जमपुर जाए। भी कन्ना नाल असी किसी निंदा सुनते हाँ तो कन जूठे हो गए, किसी चुगली सुनते हाँ। तो इस तरह नाल यो जा बंदा जिहड़ा विकारां विच ग्रस्त है उपरों भावें कितना मांझ सवार के बैठता है वह अखीर उसनू जमपुर ही जाना पेगा। पाओ दी जीवन जिहड़ी है वह माड़े पासे जा रही है, उसका फल उन्हें भोगना पेगा। तो पातशाह निर्णय करते हैं सबो सूतक परम है दूजे लगे जाए, जमण मरना हुक्म है पाणे आवे जाए। भी यह सारा ही जो सूतक का विचार है, इंप्योरिटी का झूठ का विचार है, परम भुलेखा है। ये जमण मरना तो वाहिगुरू के हुक्म विच होया, तो वाहिगुरू का हुक्म झूठा किते? हर कोई परमेश्वर के हुक्म विच आ रहा, संसार विच आ रहा। खाना पीना पवित्र है दित्तों रिजक समाए, नानक जिन्नी गुरमुख बूझिया तिन्ना सूतक नाए। खाण पीण के बारे जो परहेजगारी सुच झूठ की रखी गई वह भी झूठ है। महाराज कहते हैं खाना तो पवित्र है, वाहिगुरु ने जो बख्शिया सानू, तो जिन्हां ने गुरु की सिक्ख्या नाल सच नू नहीं समझिया, सुच ते झूठ नू नहीं समझिया, सच्ची झूठ की है तो सच्चा सुच सच्ची सुच की है, वो संसार दा एवें परम भुलेखियां दा जीवन जी रहे हैं। तो इस तरह नाल अंदरों मन करके सुच होनी, मन करके नेकी होनी, मन करके शुद्धता होनी, ये असली सुच है, उपरली सुच कोई सुच नहीं। कबीर जी दे शब्दां विच भी सूतक शब्द आया के या शब्दां विच, ते उन्होंने बड़ी सोहनी तरह व्याख्या की, भी वाहगुरु के नाम तो बिना सब कुछ झूठा है। उस संसार के जिहड़े ये पंज भूत हैं, पंज तत्त हैं, इन्हों भी नहीं बख्शते, जे वाहगुरु के नाम सिमरन नहीं है तो ये भी झूठे हैं। उन्हों का शब्द है बसंत राग विच, अगन भी झूठी पानी झूठा, झूठी बैस पकाया, झूठी करछी परोसन लागा, झूठे ही बैठ खाया। कि जिहड़ी अग उते भोजन पकाया वह भी झूठी सीगी, जिहड़ा पानी पाया वह भी झूठा सीगा, ते जिहड़ी औरत ने गृहिणी ने वह भोजन पकाया वह भी झूठी सीगी, करछी भी झूठी है जिहदे नाल परोसया गया भोजन, और खाण वाले भी झूठे। गोबर झूठा चौका झूठा, झूठी दीनी कारा, कह कबीर से ही नर सूचे साची परी विचारा। भी गोबर जिहड़ा जिहदे नाल चौका लिमया गया वह भी झूठा, और लकीरां जिहड़ियां खिंचियां आले दुआले ये भी उन्होंने दमानियां विच इक रसम सीगी, भी कई साधु संत अपनी भगती करन वास्ते चौका लिप के गोबर नाल ते आले दुआले लकीरां खिंच लैंदे सन भी ये जगह सुची हो गई। तो ये भी भुलेखा है, वो गोबर भी झूठा, लकीरां भी झूठियाँ। असल जिहड़ा निर्णय करदे हन कबीर जी, कह कबीर सही नर सूचे सूची परी विचारा, भी जिन्हां दे हिरदे विच सच्ची विचार है
ਉਹੀ ਇਨਸਾਨ ਸੱਚੇ ਹਨ। ਗੁਰੂ ਨਾਨਕ ਸਾਹਿਬ ਦੀ ਸਾਖੀ ਆਉਂਦੀ ਹੈ ਕਿ ਗੁਰੂ ਪਾਤਸ਼ਾਹ ਉਦਾਸੀਆਂ ਵਿੱਚ ਵਿਚਰਦੇ ਹਰਿਦੁਆਰ ਗਏ, ਸਵੇਰੇ ਸਵੇਰੇ ਸਤਿਗੁਰਾਂ ਨੂੰ ਅੱਗ ਦੀ ਲੋੜ ਪਈ। ਮਰਦਾਨਾ ਜੀ ਨੂੰ ਕਿਹਾ ਵੀ ਕਿਧਰੋਂ ਅੱਗ ਲਿਆ, ਉਹਨਾਂ ਦਿਨਾਂ 'ਚ ਆਮ ਮਾਚਸਾਂ ਨਹੀਂ ਸੀ ਹੁੰਦੀਆਂ, ਔਰ ਧੂਣੀਆਂ ਤਖਾਉਂਦੇ ਸਨ, ਸਾਧੂ ਲੋਕ ਉਹਨਾਂ ਦੇ ਕੋਲ ਅੱਗ ਹੁੰਦੀ ਸੀ, ਬਹੁਤ ਸਾਰੀਆਂ ਧੂਣੀਆਂ ਤਖਾ ਕੇ ਸਾਧੂ ਬੈਠੇ ਸਨ ਗੰਗਾ ਦੇ ਕਿਨਾਰੇ। ਭਾਈ ਮਰਦਾਨਾ ਜੀ ਅੱਗ ਲੈਣ ਚਲੇ ਗਏ, ਉਹਨਾਂ ਦੇਖਿਆ ਵੀ ਇੱਕ ਸਾਧੂ ਜ਼ਮੀਨ ਲੇਪ ਕੇ ਪੋਚ ਕੇ ਆਲੇ ਦੁਆਲੇ ਲਕੀਰਾਂ ਖਿੱਚ ਕੇ ਬੈਠਾ ਹੋਇਆ, ਸਮਾਧੀ ਲਾ ਕੇ ਅੱਖਾਂ ਬੰਦ ਕਰਕੇ ਉਹਦੀ ਧੂਣੀ ਧੁਖਦੀ ਪਈ ਹੈ। ਭਾਈ ਮਰਦਾਨਾ ਜੀ ਬੜੇ ਹੀ ਆਤਮਦਰਸ਼ੀ ਪੁਰਸ਼ ਸਨ, ਉਹਨਾਂ ਸੋਚਿਆ ਵੀ ਸਾਧੂ ਦੀ ਸਮਾਧੀ ਲੱਗੀ ਹੋਈ ਹੈ, ਮੈਂ ਇਹਨੂੰ ਆਵਾਜ਼ ਦਿਆਂਗਾ, ਅੱਗ ਮੰਗਾਂਗਾ ਤੇ ਸਮਾਧੀ ਟੁੱਟ ਜਾਏਗੀ, ਚਲੋ ਥੋੜ੍ਹੀ ਅੱਗ ਹੀ ਲੈਣੀ ਹੈ, ਮੈਂ ਅੱਗ ਲੈ ਲੈਣਾ। ਤੋ ਭਾਈ ਮਰਦਾਨਾ ਜੀ ਜਿਉਂ ਹੀ ਉਹਦੀ ਧੂਣੀ ਵੱਲ ਵਧੇ ਔਰ ਚੌਕੇ ਦੇ ਉੱਤੇ ਚੜ੍ਹੇ ਤਾਂ ਉਹ ਸਾਧੂ ਤਾਂ ਅੱਗ ਬਬੂਲਾ ਹੋ ਗਿਆ, ਉਹਦੀਆਂ ਅੱਖਾਂ ਖੁੱਲ੍ਹੀਆਂ, ਅੱਖਾਂ ਵਿੱਚੋਂ ਅੱਗ ਵਰਸਣ ਲੱਗ ਗਈ, ਬੜੇ ਔਖੇ ਬੋਲ ਬੋਲਣ ਲੱਗ ਗਿਆ, ਤੂੰ ਦੁਸ਼ਟ ਮੇਰਾ ਚੌਕਾ ਪਵਿੱਤਰ ਕਰ ਦਿੱਤਾ। ਉਹ ਮਰਦਾਨਾ ਜੀ ਨੂੰ ਕੋਈ ਸਮਝ ਹੀ ਨਾ ਆਵੇ ਕੀ ਬੋਲੀ ਜਾਂਦਾ, ਉਹ ਉੱਠ ਕੇ ਇੱਕ ਲੱਕੜੀ ਬਲਦੀ ਹੋਈ ਲੱਕੜੀ ਲੈ ਕੇ ਮਰਦਾਨਾ ਜੀ ਨੂੰ ਮਾਰਨ ਦੌੜਿਆ। ਮਰਦਾਨਾ ਜੀ ਭੱਜਦੇ ਭੱਜਦੇ ਗੁਰੂ ਸਾਹਿਬ ਕੋਲ ਆਏ, ਪਿੱਛੇ ਪਿੱਛੇ ਸਾਧੂ ਬਲਦੀ ਹੋਈ ਲੱਕੜੀ ਪਿੱਛੇ ਲੈ ਕੇ ਭੱਜਿਆ। ਗੁਰੂ ਸਾਹਿਬ ਨੇ ਵੇਖਿਆ ਵੀ ਸਾਧੂ ਦੀ ਕਿਹੋ ਜਿਹੀ ਸ਼ਕਲ ਸੁਰਤ ਬਣੀ ਹੋਈ, ਅੱਗ ਦੇ ਨਾਲ ਉਹਦਾ ਸਾਰਾ ਸਰੀਰ ਹੀ ਅੱਗ ਦਾ ਰੂਪ ਬਣਿਆ ਹੋਇਆ, ਇਤਨਾ ਗੁੱਸਾ। ਅਤੇ ਮਹਾਰਾਜ ਨੇ ਸਾਧੂ ਨੂੰ ਦਿਲਾਸਾ ਦਿੱਤਾ, ਪਲੋਸਿਆ, ਕਹਿਣ ਲੱਗੇ ਕੀ ਗੱਲ ਹੈ ਮਹਾਰਾਜ, ਇਤਨੇ ਗੁੱਸੇ ਕਿਉਂ ਹੋ? ਉਹਨੇ ਸਾਰੀ ਗੱਲ ਦੱਸੀ ਵੀ ਤੁਹਾਡਾ ਇਹ ਬੰਦਾ ਕੌਣ ਹੈ, ਇਹ ਦੁਸ਼ਟ ਮੇਰਾ ਚੌਕਾ ਇਹਨੇ ਜੁੱਠਾ ਕਰ ਦਿੱਤਾ। ਅਤੇ ਮਹਾਰਾਜ ਨੇ ਫਿਰ ਉੱਥੇ ਬਿਠਾ ਕੇ ਉਹਨੂੰ ਸਮਝਾਇਆ ਵੀ ਚੌਕਾ ਕਾਹਦੇ ਵਾਸਤੇ ਬਣਾਇਆ ਸੀ? ਕਹਿੰਦਾ ਜੀ ਚੌਕਾ ਤਾਂ ਪਵਿੱਤਰਤਾ ਵਾਸਤੇ ਬਣਾਇਆ, ਮੇਰਾ ਮਨ ਪਵਿੱਤਰ ਹੋ ਜਾਏ, ਮੈਂ ਸਮਾਧੀ ਲਾਈ ਹੋਈ ਸੀ ਮਨ ਪਵਿੱਤਰ ਕਰਨ ਵਾਸਤੇ। ਸਤਿਗੁਰੂ ਹੱਸ ਕੇ ਕਹਿਣ ਲੱਗੇ ਮਨ ਤਾਂ ਤੁਹਾਡਾ ਪਵਿੱਤਰ ਹੋਇਆ ਨਹੀਂ। ਕਹਿੰਦਾ ਤੁਸੀਂ ਕਿੱਦਾਂ ਕਹਿ ਸਕਦੇ ਹੋ? ਮਹਾਰਾਜ ਕਹਿੰਦੇ ਤੇਰੇ ਕੋਲ ਤਾਂ ਬੜੀਆਂ ਹੀ ਝੂਠੀਆਂ ਔਰ ਗੰਦੀਆਂ ਵਸਤੂਆਂ ਬੈਠੀਆਂ ਹੋਈਆਂ, ਤੇਰਾ ਮਨ ਕਿੱਦਾਂ ਪਵਿੱਤਰ ਹੋ ਸਕਦਾ? ਉਹ ਪੁੱਛਣ ਲੱਗਾ ਕਿਵੇਂ? ਤਾਂ ਸਤਿਗੁਰਾਂ ਨੇ ਉੱਤੇ ਸ੍ਰੀ ਰਾਗ ਵਿੱਚ ਸ਼ਬਦ ਆਇਆ ਹੈ, ਉਹ ਉਚਾਰਿਆ ਹੈ, ਸ੍ਰੀ ਰਾਗ ਕੀ ਵਾਰ ਹੈ, ਮਹਿਲਾ ਚੌਥਾ, ਗੁਰੂ ਰਾਮਦਾਸ ਪਾਤਸ਼ਾਹ ਦੀ ਰਚੀ ਹੋਈ ਗੁਰੂ ਨਾਨਕ ਸਾਹਿਬ ਦਾ ਸਲੋਕ ਹੈ। ਸਤਿਗੁਰੂ ਕਹਿੰਦੇ ਹਨ ਕੁਬੁੱਦ ਡੂਮਣੀ ਕੁਦਿਆ ਕਸਾਇਣੋ ਪਰ ਨਿੰਦਾ ਕੱਟ ਚੂੜੀ ਮੁੱਠੀ ਕ੍ਰੋਧ ਚੰਡਾਲ ਕਾਰੀ ਕੱਢੀ ਕਿਆ ਥੀਐ ਜਾਂ ਚਾਰੇ ਬੈਠੀਆਂ ਨਾਲ। ਬਈ ਤੈਨੂੰ ਅਕਲ ਨਹੀਂ, ਪਹਿਲਾਂ ਸਮਝ ਨਹੀਂ ਵੀ ਅਸਲੀ ਸੁੱਚਮ ਕੀ ਹੈ, ਹਾਊ ਟੂ ਬੀ ਪਿਊਰੀਫਾਈ ਯੋਰ ਸੈਲਫ, ਇਹ ਤੇਰੇ ਕੋਲ ਅਕਲ ਨਹੀਂ ਹੈ ਅਤੇ ਤੇਰੇ ਕੋਲ ਕੁਬੁੱਧ ਹੈ ਭਾਵ ਤੇਰੇ ਕੋਲ ਅਗਿਆਨਤਾ ਹੈ, ਔਰ ਅਗਿਆਨਤਾ ਜਿਹੜਾ ਡੂਮਣੀ ਦਾ ਗੁਣ ਹੁੰਦਾ, ਡੂਮਣੀ ਨੀਵੀਂ ਜਾਤ ਦੀ ਮੰਨੀ ਜਾਂਦੀ ਹੈ ਜਿਹੜੇ ਗਾਣ ਵਜਾਉਣ ਦੇ ਕੰਮ ਕਰਦੇ ਹੈ। ਇਸ ਤਰ੍ਹਾਂ ਤੂੰ ਬੜੇ ਗੁੱਸੇ 'ਚ ਆ ਗਿਆ ਛੋਟੀ ਜਿਹੀ ਗੱਲ ਪਿੱਛੇ, ਤੇਰੇ ਮਨ 'ਚ ਕੋਈ ਦਇਆ ਦੀ ਭਾਵਨਾ ਨਹੀਂ, ਔਰ ਕੋਈ ਦਇਆ ਜਿਹੜੀ ਹੈ ਮਰਸੀਲੈਸਨੈਸ, ਇਹ ਜਿਹੜੀ ਹੈ ਕਸਾਈ ਦਾ ਗੁਣ ਹੈ, ਤੂੰ ਕਿਸਾਨ ਵੀ ਤੇਰੇ ਕੋਲ ਬੈਠੀ ਹੋਈ ਹੈ, ਫਿਰ ਤੂੰ ਕਿਤਨਾ ਬੋਲਦਾ ਪਿਆ ਮਰਦਾਨੇ ਵਾਸਤੇ ਨਿੰਦਾ ਕਰੀ ਜਾਂਦਾ, ਪਰ ਨਿੰਦਾ ਘੱਟ ਝੂੜੀ, ਨਿੰਦਾ ਝੂੜੀ ਦਾ ਗੁਣ ਹੈ ਸਵੀਪਰ ਦਾ, ਉਹ ਸਵੀਪਰ ਵੀ ਜਿਹੜਾ ਨੀਵੀਂ ਜਾਤ ਦੀ ਮੰਨੀ ਜਾਂਦੀ ਉਹ ਵੀ ਤੇਰੇ ਕੋਲ ਬੈਠੀ ਹੋਈ ਹੈ। ਅਤੇ ਫਿਰ ਮੁੱਠੀ ਕ੍ਰੋਧ ਚੰਡਾਲ, ਤੈਨੂੰ ਕ੍ਰੋਧ ਚੁੰਮੜਿਆ ਹੋਇਆ, ਕਿਤਨਾ ਗੁੱਸੇ ਹੋ ਰਿਹਾ ਤੂੰ, ਤੇਰੇ ਸਰੀਰ ਵਿੱਚੋਂ ਅੱਗ ਬਰਸ ਰਹੀ ਹੈ, ਤੇਰੀਆਂ ਅੱਖਾਂ ਵਿੱਚੋਂ ਅੱਗ ਬਰਸ ਰਹੀ ਹੈ, ਤੂੰ ਠੱਗਿਆ ਗਿਆ ਹੈ ਕ੍ਰੋਧ ਦੀ ਚੰਡਾਲਣ ਦੁਆਰਾ, ਮੁੱਠੀ ਕ੍ਰੋਧ ਚੰਡਾਲ, ਚੰਡਾਲਣ ਵੀ ਤੇਰੇ ਕੋਲ ਬੈਠੀ ਹੋਈ ਹੈ। ਤੋ ਇਹ ਸਾਰੀਆਂ ਡੂਮਣੀ, ਕਸਾਇਣ ਔਰ ਚੂੜੀ ਔਰ ਚੰਡਾਲਣ, ਇਹ ਸਾਰੀਆਂ ਤੇਰੇ ਕੋਲ ਬੈਠੀਆਂ ਹੋਈਆਂ, ਅਤੇ ਤੂੰ ਫਿਰ ਆਪਣੇ ਆਪ ਨੂੰ ਲਕੀਰਾਂ ਮਾਰ ਕੇ ਸੋਚਦਾ ਮੈਂ ਪਵਿੱਤਰ ਹੋ ਗਿਆ, ਕਾਰੀ ਕੰਢੀ ਕਿਆ ਥੀ ਜਾਂ ਚਾਰੇ ਬੈਠੀਆਂ ਨਾਲ, ਇਹ ਚਾਰੇ ਬੈਠੀਆਂ ਤੇਰੇ ਨਾਲ। ਫਿਰ ਪਾਤਸ਼ਾਹ ਨੇ ਸਹੀ ਕਾਰਾਂ ਔਰ ਸਹੀ ਭਗਤੀ ਦਾ ਮਾਰਗ ਵੀ ਦਰਸਾਇਆ, ਨਾਲ ਹੀ ਅਗਲਾ ਨਾਲ ਦੇ ਸ਼ਬਦ ਹਨ ਪਾਤਸ਼ਾਹ ਨੇ ਫਰਮਾਇਆ ਸੱਚ ਸੰਜਮ ਕਰਨੀ ਕਾਰਾਂ ਨਾਵਣ ਨਾਉ ਜਪੇ ਹੀ ਨਾਨਕ ਅੱਗੇ ਉੱਤਮ ਸਹੀ ਜੇ ਪਾਪਾਂ ਪੰਦ ਨਾ ਦੇਹੀ। ਵੀ ਸੱਚ ਦਾ ਸੰਜਮ, ਜੇ ਮਨੁੱਖ ਆਪਣੇ ਆਪ 'ਤੇ ਸੱਚ ਦੀ ਕਸਮ ਖਾ ਲਵੇ ਕਿ ਮੈਂ ਆਪਣੇ ਜੀਵਨ ਵਿੱਚ ਝੂਠ ਨਹੀਂ ਬੋਲਾਂਗਾ, ਸੱਚਾ ਰਵਾਂਗਾ, ਇਸ ਤਰ੍ਹਾਂ ਆਪਣੀ ਉੱਚੀ ਸੁੱਚੀ ਕਾਰ ਰੱਖੇ, ਵਿਹਾਰ ਰੱਖੇ, ਇਹ ਕਾਰਾਂ ਹਨ, ਲਕੀੜਾਂ ਹਨ, ਇਸ ਤਰ੍ਹਾਂ ਪਰਮੇਸ਼ੁਰ ਦਾ ਨਾਮ ਸਿਮਰਨ ਕਰਦਾ ਰਵੇ, ਇਹ ਉਸਦਾ ਇਸ਼ਨਾਨ ਹੈ, ਅਤੇ ਇਹੋ ਜਿਹੀਆਂ ਉੱਚੀਆਂ ਸੁੱਚੀਆਂ ਰੀਤਾਂ ਰਿਵਾਜ਼ਾਂ ਨੂੰ ਧਾਰਨ ਕਰਕੇ ਪਰਮੇਸ਼ੁਰ ਦੇ ਨਾਮ ਸਿਮਰਨ ਦੀਆਂ
ਕੋਈ ਮਨੁੱਖ ਜਿਹੜਾ ਉਹ ਸੁੱਚਾ ਹੋ ਸਕਦਾ ਹੈ। ਔਰ ਐਸੇ ਸੁਚਿਆਰੇ ਪੁਰਸ਼ ਪਰਮਾਤਮਾ ਦੀ ਦਰਗਾਹ ਵਿੱਚ ਵੀ ਸਨਮਾਨੇ ਜਾਂਦੇ ਹਨ। ਤੋ ਇਸ ਤਰ੍ਹਾਂ ਨਾਲ ਸੱਚਾ ਸੁੱਚ ਕੀ ਹੈ, ਝੂਠ ਕੀ ਹੈ, ਬੜੀ ਡੂੰਘੀ ਅਤੇ ਭਾਵਪੁਰਤ ਵਿਆਖਿਆ ਬਾਣੀ ਨੇ ਕੀਤੀ ਹੈ। ਸਤਿਗੁਰੂ ਗੋੜੀ ਰਾਗ ਵਿੱਚ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਫਰਮਾਇਆ ਹੈ, ਭਾਉ ਬਿਨਸੈ ਅੰਮ੍ਰਿਤ ਰਸੈ ਰੰਗ ਰਤੇ ਨਿਰੰਕਾਰੋ, ਦੁੱਖ ਦਾਰਿਦ ਅਪਿੱਤਰਤਾ ਨਾਸੈ ਨਾਮ ਆਧਾਰ। ਵੀ ਜਿਹੜੇ ਵਾਹਿਗੁਰੂ ਦੇ ਨਾਮ ਰੰਗ ਵਿੱਚ ਰੰਗੇ ਗਏ, ਉਹਨਾਂ ਦੇ ਜ਼ਬਾਨ ਤੋਂ ਅੰਮ੍ਰਿਤ ਰਸਦਾ ਹੈ, ਹਿਰਦੇ ਵਿੱਚ ਵੀ ਅੰਮ੍ਰਿਤ ਰਸਦਾ ਹੈ, ਪਰਮੇਸ਼ੁਰ ਦੇ ਨਾਮ ਰੰਗ ਵਿੱਚ ਉਹ ਰੰਗੇ ਗਏ ਹਨ, ਔਰ ਉਹਨਾਂ ਦਾ ਫਿਰ ਸਾਰਾ ਦੁੱਖ ਦਰਿੱਦਰ ਅਪਵਿੱਤਰਤਾ ਇਹ ਦੂਰ ਹੋ ਗਈ ਪਰਮੇਸ਼ੁਰ ਦੇ ਨਾਮ ਸਿਮਰਨ ਦੁਆਰਾ। ਤੋ ਨਾਮ ਸਿਮਰਨ ਦੁਆਰਾ ਹੀ ਅਸਲੀ ਸੁੱਚਮ ਅਸਲੀ ਪਿਓਰਿਟੀ ਪ੍ਰਾਪਤ ਹੋ ਸਕਦੀ ਹੈ। ਔਰ ਜਿਹਨਾਂ ਨੂੰ ਇਹ ਪਿਓਰਿਟੀ ਪ੍ਰਾਪਤੀ ਹੋ ਗਈ ਨਾਮ ਸਿਮਰਨ ਦੁਆਰਾ, ਉਹਨਾਂ ਦਾ ਸਰੀਰ ਕਿਹੋ ਜਿਹਾ ਬਣ ਜਾਂਦਾ, ਇਹੋ ਜਿਹੀ ਇੱਕ ਝਲਕ ਸਤਿਗੁਰਾਂ ਨੇ ਸਰੀਰ ਰਾਗ ਵਿੱਚ ਸਾਨੂੰ ਦਿਖਾਈ ਹੈ। ਵੀ ਨਾਮ ਦੇ ਰਸੀਏ ਪੁਰਖ ਜਿਹੜੇ ਉਹਨਾਂ ਦੇ ਸਰੀਰ, ਉਹਨਾਂ ਦੀ ਦੇਹੀ ਕਿਹੋ ਜਿਹੀ ਹੋ ਗਈ। ਕੁੰਗੂ ਕੀ ਕਾਇਆ ਰਤਨਾ ਕੀ ਲਲਤਾ ਅਗਰ ਵਾਸ ਤਨ ਸਾਸ, ਵੀ ਉਹਨਾਂ ਦਾ ਸਾਰਾ ਸਰੀਰ ਹੀ ਕੁੰਗੂ ਦਾ ਹੋ ਗਿਆ। ਕੁੰਗੂ ਕਹਿੰਦੇ ਨੇ ਕੇਸਰ, ਕੇਸਰ ਬਹੁਤ ਹੀ ਕੀਮਤੀ ਪਦਾਰਥ ਹੁੰਦਾ ਹੈ ਜਿਹੜਾ ਕਿ ਬੜੇ ਪਵਿੱਤਰ ਮੌਕਿਆਂ 'ਤੇ ਵਰਤਿਆ ਜਾਂਦਾ। ਇਸ ਤਰ੍ਹਾਂ ਰਤਨਾ ਕੀ ਲਲਤਾ, ਉਹਨਾਂ ਦੀ ਜ਼ਬਾਨ ਜਿਹਨਾਂ ਦੇ ਹਿਰਦੇ 'ਚ ਨਾਮ ਹੈ, ਉਹਨਾਂ ਦੀ ਜ਼ਬਾਨ ਮੋਤੀਆਂ ਵਰਗੀ ਹੋ ਗਈ। ਔਰ ਅਗਰ ਵਾਸ ਤਨ ਸਾਸ, ਉਹਨਾਂ ਦੇ ਸਾਹਾਂ ਵਿੱਚ ਅਗਰ ਵਾਸ ਸੁਗੰਧੀ ਸੈਂਟ ਆ ਗਈ ਉਹਨਾਂ ਦੇ ਸਾਹਾਂ ਵਿੱਚੋਂ, ਐਸੇ ਉਹਨਾਂ ਦਾ ਸਰੀਰ ਪਵਿੱਤਰ ਹੋ ਗਿਆ। ਅੱਠ ਸੱਠ ਤੀਰਥ ਕਾ ਮੁੱਖ ਟਿੱਕਾ ਤਿਤ ਘੱਟ ਮਤ ਵਿਗਾਸ, ਜਿਹਨਾਂ ਦੇ ਹਿਰਦੇ ਪਰਮੇਸ਼ੁਰ ਦਾ ਨਾਮ ਵਸਿਆ ਹੋਇਆ, ਸਮਝੋ ਉਹਨਾਂ ਨੇ 68 ਤੀਰਥਾਂ ਦਾ ਟਿੱਕਾ ਆਪਣੇ ਮੱਥੇ 'ਤੇ ਲਾਇਆ। ਵੀ ਦੇ ਆਰ ਸੋ ਪਿਓਰ, ਭਾਈ ਜਿਤਨਾ 68 ਤੀਰਥਾਂ ਦਾ ਇਸ਼ਨਾਨ ਕਰਕੇ ਮਨੁੱਖ ਸਾਫ ਹੁੰਦਾ, ਇਸੇ ਤਰ੍ਹਾਂ ਦਾ ਉਹ ਸਾਫ ਹੋ ਗਏ, ਪਵਿੱਤਰ ਹੋ ਗਏ। ਉਹ ਤੁਮਤੀ ਸਾਲਾਣਾ ਸੱਚ ਨਾਮ ਗੁਣਤਾਸ, ਇਸ ਤਰ੍ਹਾਂ ਨਾਲ ਵਾਹਿਗੁਰੂ ਦੀ ਬਖਸ਼ੀ ਹੋਈ ਨਾਮ ਸਿਮਰਨ ਦੀ ਮਤ ਦੁਆਰਾ ਪਰਮੇਸ਼ੁਰ ਦਾ ਸਿਮਰਨ ਕਰਨਾ ਹੈ। ਔਰ ਇਹ ਸਿਮਰਨ ਜਿਹੜਾ ਹੈ ਗੁਣਾਂ ਦਾ ਸੰਗ੍ਰਹਿ ਹੈ, ਗੁਣਾਂ ਦਾ ਖਜ਼ਾਨਾ ਹੈ। ਤੋ ਅੰਤਰ ਆਤਮਾ ਵਿੱਚ ਨਾਮ ਸਿਮਰਨ ਨੂੰ ਸੰਚਿਤ ਕਰਨਾ ਹੈ, ਔਰ ਜਦੋਂ ਨਾਮ ਸਿਮਰਨ ਦੀ ਲਾਗ ਮਨ ਨੂੰ ਲੱਗ ਜਾਂਦੀ, ਮਨ ਪਵਿੱਤਰ ਹੋ ਜਾਂਦਾ, ਮਨ ਵਿੱਚ ਸਾਰੇ ਵਿਕਾਰ ਦੂਰ ਹੋ ਜਾਂਦੇ, ਫਿਰ ਸਾਰੇ ਜੀਵਨ ਦਾ ਵੀ ਆਚਾਰ ਵਿਚਾਰ ਉੱਚਾ ਸੁੱਚਾ ਹੋ ਜਾਂਦਾ, ਫਿਰ ਸਰੀਰ ਵਿੱਚੋਂ ਵੀ ਮਹਿਕਾਂ ਆਉਂਦੀਆਂ ਅਤੇ ਸਰੀਰ ਵੀ ਪਵਿੱਤਰ ਹੋ ਜਾਂਦਾ। ਕਈ ਸੰਤਾਂ ਮਹਾਂਪੁਰਖਾਂ ਦੇ ਸਰੀਰ ਨੂੰ ਵੀ ਸੰਭਾਲ ਕੇ ਰੱਖਿਆ ਗਿਆ ਕਿ ਉਹਨਾਂ ਦੇ ਸਰੀਰ ਬੜੀ ਉੱਚੀ ਸੁੱਚੀ ਕਰਨ ਵਾਲੇ ਸੀਗੇ, ਉਹ ਪਵਿੱਤਰ ਹੋਏ ਹੋਏ ਸੀਗੇ, ਲੋਕਾਂ ਦੀ ਮਾਨਤਾ ਸੀ। ਸੋ ਇਸ ਪ੍ਰਕਾਰ ਨਾਮ ਦੁਆਰਾ ਹੀ ਮਨ ਸੁੱਚਾ ਹੁੰਦਾ ਹੈ, ਸੋਚ ਦੁਆਰਾ ਹੀ ਮਨ ਸੁੱਚਾ ਹੁੰਦਾ ਹੈ। ਬਾਹਰਲੀਆਂ ਬਾਹਰਲੇ ਦਿਖਾਵੇ, ਬਾਹਰਲੀਆਂ ਰੀਤਾਂ ਰਸਮਾਂ ਔਰ ਬਾਹਰਲਾ ਜੋ ਸੁੱਚ ਦਾ ਵਿਚਾਰ ਹੈ ਉਹ ਬੇਸਲੈਸ ਹੈ। ਦਿਲੋਂ ਮਨੋਂ ਇਨਸਾਨ ਸੱਚਾ ਹੋਵੇ, ਸੁੱਚਾ ਹੋਵੇ, ਐਸੀ ਪਵਿੱਤਰ ਵਿਚਾਰ ਹੀ ਪਾਤਸ਼ਾਹ ਨੇ ਸਾਨੂੰ ਬਖਸ਼ੀ। ਗੁਰੂ ਮਿਹਰ ਕਰੇ ਅਸੀਂ ਨਾਮ ਸਿਮਰਨ ਦੁਆਰਾ ਆਪਣਾ ਹਿਰਦਾ ਸੁੱਚਾ ਕਰੀਏ ਤਾਂ ਸਾਰਾ ਜੀਵਨ ਹੀ ਸੁੱਚਾ ਅਤੇ ਸੁਚਾਰਾ ਹੋ ਜਾਏਗਾ। ਬਾਣੀ ਦੀ ਵਿਚਾਰ ਕਰਦੇ ਹਾਂ ਜੀ, ਅਨੇਕਾਂ ਹੀ ਵਿਚਾਰ ਭੁੱਲਾਂ ਚੁੱਕਾਂ ਹੋ ਜਾਂਦੀਆਂ ਹਨ, ਅਣਜਾਣ ਬੱਚਾ ਜਾਣ ਕੇ ਖਿਮਾ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।